ਇਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਕਿ ਸਾਡਾ ਇਹ ਫੌਜੀ ਨੌਜਵਾਨ, ਸਾਡਾ ਭਤੀਜਾ ਜਿਹੜਾ ਇਹ ਫੌਜ ਦੇ ਵਿੱਚ ਸੀਗਾ, ਇਹ ਸ਼ਹੀਦ ਹੋ ਗਿਆ। ਸ਼ਹੀਦ ਹੋ ਗਿਆ, ਇਹਦੀ ਅੰਤਮ ਅਰਦਾਸ ਜਿਹੜੀ ਸੀ ਇਹ 2 ਤਰੀਕ ਨੂੰ ਸੀਗੀ, ਟਾਹਲੀ ਸਾਹਿਬ ਬਾਬੇ ਸ੍ਰੀ ਚੰਦ ਦੇ ਗੁਰਦੁਆਰਾ ਸਾਹਿਬ। ਜਦੋਂ ਸਾਰਾ ਪਰਿਵਾਰ, ਸਾਰਾ ਪਿੰਡ ਗੁਰਦੁਆਰਾ ਸਾਹਿਬ ਚਲਾ ਗਿਆ, ਅਤੇ ਪਿੱਛੋਂ ਕੁਝ ਜਿਹੜੇ ਚੋਰ ਲੋਕ ਸੀ ਉਹਨਾਂ ਨੇ ਘਰ ਦੇ ਵਿੱਚ ਅੰਦਰ ਦਾਖਲ ਹੋ ਕੇ, ਅਤੇ ਜਿਹੜਾ ਸੋਨਾ ਸੀ, ਨਕਦੀ ਕੁਛ ਪੈਸਾ ਸੀਗਾ, ਉਸਨੂੰ ਚੋਰੀ ਕਰ ਲਿਆ। ਚੋਰੀ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਕਾਫੀ ਦਿਨਾਂ ਬਾਅਦ 'ਚ ਪਤਾ ਲੱਗਾ ਵੀ ਅੰਦਰ ਤੇ ਇਸੇ, ਪਤਾ ਹੀ ਨਹੀਂ ਲੱਗਾ, ਕਈ ਦਿਨ ਦੇਖਿਆ ਨਹੀਂ, ਧਿਆਨ ਨਹੀਂ ਦਿੱਤਾ ਅੰਦਰ ਕਿਸੇ ਨੇ, ਜੋ ਧਿਆਨ ਦਿੱਤਾ ਤਾਂ ਪਤਾ ਲੱਗਾ ਵੀ ਸਮਾਨ ਸਾਰਾ ਹੀ ਚੋਰੀ ਹੋ ਗਿਆ। ਤਾਂ ਸਾਰਿਆਂ ਨੇ ਸੋਚਿਆ ਕਿ ਚੋਰੀ ਫਲਾਣਾ ਹੀ ਬੰਦਾ ਹੀ ਕਰ ਸਕਦਾ। ਜਦੋਂ ਉਸ ਬੰਦੇ ਨੂੰ ਲਿਆ ਕੇ ਘਰ ਪੁੱਛਿਆ ਗਿਆ ਸਾਰੇ ਲੋਕਾਂ ਸਾਹਮਣੇ, ਪਰਿਆ ਦੇ ਸਾਹਮਣੇ, ਉਸਨੇ ਕਬੂਲ ਕਰ ਲਿਆ ਕਿ ਮੈਂ ਜਿਹੜਾ ਸਮਾਨ ਚੋਰੀ ਕੀਤਾ ਅੰਦਰ ਵੜ ਕੇ ਕੀਤਾ। ਉਸਨੇ ਜਿਹੜਾ ਉਹਦੇ ਨਾਲ ਦੋਸ਼ੀ ਸੀ ਉਸਨੂੰ ਵੀ ਫੋਨ ਕਰਕੇ ਬੁਲਾਇਆ ਗਿਆ। ਉਸਨੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਮੰਨ ਲਈਆਂ, ਅਤੇ ਪਰਿਆ ਦੇ ਸਾਹਮਣੇ ਜਿਹੜਾ ਹੈ ਇਸ ਨੂੰ ਪੰਚਾਇਤ ਦੇ ਸਾਹਮਣੇ ਪੁਲਿਸ ਨੂੰ ਦਿੱਤਾ ਗਿਆ, ਇਹ ਵੀ ਮੰਨਿਆ ਉਸਨੇ ਕਿ ਕੁਝ ਸੋਨਾ ਮੇਰੀ ਭੈਣ ਦੇ ਘਰ ਹੈ ਰਾਏਚੱਕ, ਕੁਝ ਸੋਨਾ ਜਿਹੜਾ ਹੈ ਉਹ ਸ਼ਾਹਪੁਰ ਜਾ ਜਾਂਦੇ, ਇੱਕ ਚਿੱਟਾ ਵੇਚਦੀ ਹੈ ਸਰਬਜੀਤ ਕੌਰ, ਉਹਦੇ ਕੋਲ ਹੈ ਸੋਨਾ। ਇਹ ਚੀਜ਼ਾਂ ਜਿਹੜੀਆਂ ਨੇ ਉਸ ਦੋਸ਼ੀ ਨੇ ਕਬੂਲ ਕਰ ਲਈਆਂ ਨੇ ਸਾਰਿਆਂ ਦੇ ਸਾਹਮਣੇ। ਉਸ ਤੋਂ ਬਾਅਦ 'ਚ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ 'ਚ ਇਹਨਾਂ ਨੇ ਕੋਈ ਸਮਾਨ ਜਿਹੜਾ ਉਸਨੂੰ ਬਰਾਮਦ ਜਿਹੜਾ ਉਹ ਨਹੀਂ ਕੀਤਾ। ਸਾਡੀ ਮੰਗ ਇਹ ਹੈ ਕਿ ਸਾਨੂੰ ਜਿਹੜਾ ਇਹ ਗਰੀਬ ਪਰਿਵਾਰ ਜਿਹੜਾ ਬਹੁਤ ਗਰੀਬ ਹੈ, ਅਤੇ ਇਹਦਾ ਫੌਜੀ ਹੈ ਸੁਖਪ੍ਰੀਤ ਸਿੰਘ, ਇਹਦਾ ਜਿਹੜਾ ਸਮਾਨ ਹੈ ਜਦੋਂ ਮੰਨ ਲਿਆ ਉਹਨਾਂ ਨੇ, ਕਬੂਲ ਕਰ ਲਿਆ ਕਿ ਐਸਾ ਜਗ੍ਹਾ ਸਾਡਾ ਸਮਾਨ ਹੈ, ਉਹਨਾਂ ਕੋਲ ਲੈ ਕੇ ਜਿਹੜਾ ਇਸ ਪਰਿਵਾਰ ਨੂੰ ਜਿਹੜਾ ਵਾਪਸਦਾ। ਇਸ ਸੰਬੰਧ ਵਿੱਚ ਧਰਨਾ ਜਿਹੜਾ ਸਹਿਯੋਗ ਜਿਹੜਾ ਕਿਸਾਨ ਜੂਨੀਅਰ ਉਗਰਾਹਾਂ ਏਕਤਾ ਜਿਹੜੀ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਹੈ। ਹੁਣ ਤੱਕ ਕਿੰਨੇ ਬੰਦੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਨੇ ਜੀ? ਹੁਣ ਤੱਕ ਪੁਲਿਸ ਨੇ ਅਰੈਸਟ ਜਿਹੜੇ ਅਸੀਂ ਫੜ ਕੇ ਉਹਨਾਂ ਨੂੰ ਮਤਲਬ ਰੱਖੇ ਸੀ ਪੰਚਾਇਤ ਸਾਹਮਣੇ ਦਿੱਤੇ ਨੇ, ਉਹ ਹੀ ਕੀਤੇ ਨੇ 2 ਬੰਦੇ, ਇੱਕ ਗੋਪਾਲ ਠੇਠਰਗਿਆਂ ਦਾ ਅਤੇ ਇੱਕ ਰਣਜੀਤ ਸਿੰਘ ਮੋਲੋਵਾਲੀ ਦਾ ਜਿਹੜਾ। ਉਹਨਾਂ ਨੇ ਅੱਗੇ ਦੱਸਿਆ ਵੀ ਆਹ ਸਾਡੇ ਨਾਲ ਨੇ, ਇਹ ਜਗ੍ਹਾ 'ਤੇ ਆਹ ਚੀਜ਼ ਰੱਖੀ ਆ, ਉਸ ਨੂੰ ਕੋਈ ਬਰਾਮਦ ਜਿਹੜਾ ਕੀਤਾ ਨਹੀਂ ਜਾ ਰਿਹਾ। ਪੁਲਿਸ ਦੀ ਢਿੱਲੀ ਕਾਰਵਾਈ ਉਹਨੂੰ ਫਿਰ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ? ਢਿੱਲੀ ਕਾਰਵਾਈ ਜਦੋਂ ਉਹਨਾਂ ਨੂੰ ਸਭ ਕੁਝ ਅਸੀਂ ਦੇਤਾ ਪੰਚਾਇਤ ਦੇ ਸਾਹਮਣੇ ਫੜ ਕੇ ਦੇਤਾ, ਅਸੀਂ ਉਹ ਸਮਝਦੇ ਹਾਂ ਕਿ ਜਦੋਂ ਉਹ ਮੰਨ ਰਹੇ ਨੇ, ਕਬੂਲ ਕਰ ਰਹੇ ਨੇ, ਭੈਣ ਦਾ ਨਾਂ ਲੈ ਰਹੇ ਨੇ ਜਾਂ ਉਹ ਚਿੱਟੇ ਵਾਲੀ ਦਾ ਨਾਂ ਲੈ ਰਹੇ ਨੇ ਕਿ ਇਸ ਜਗ੍ਹਾ 'ਤੇ ਅਸੀਂ ਦਿੱਤਾ ਹੋਇਆ, ਜੋ ਲੈ ਕੇ ਨਹੀਂ ਆ ਰਹੇ, ਅਤੇ ਇਹਦਾ ਮਤਲਬ ਇਹ ਢਿੱਲੀ ਕਾਰਵਾਈ ਹੈ। ਸਰ ਵੇਖੋ, ਜਿੱਥੇ ਇੱਕ ਪਾਸੇ ਸੈਨਿਕ ਦੇਸ਼ ਦੀ ਰਖਵਾਲੀ ਕਰਦੇ ਤਾਂ ਆਪਾਂ ਚੰਦ ਨਹੀਂ ਸੌਂਦੇ ਹਾਂ, ਲੇਕਿਨ ਇੱਕ ਸੈਨਿਕ ਦੇ ਘਰੋਂ ਚੋਰੀ ਹੋ ਜਾਣੀ, ਪੁਲਿਸ ਦੇ ਸਵਾਲੀਆ ਚਿੰਨ੍ਹ ਖੜੇ ਕਰਦਾ। ਵੇਖੋ, ਇਹ ਇੱਕ ਸੈਨਿਕ ਵਿਚਾਰਾ 22,000 ਦੀ ਹੈਟ ਦੇ ਉੱਤੇ ਨੌਕਰੀ ਕਰਦਾ, ਗਲੇਸ਼ੀਅਰ ਦੇ ਵਿੱਚ ਉੱਥੇ ਸ਼ਹੀਦ ਹੋ ਜਾਂਦਾ ਹੈ। ਉਹ ਸੈਨਿਕ ਦੇ ਘਰ ਦੇ ਪਰਿਵਾਰ ਦੇ ਜੀਆਂ ਦੇ ਨਾਲ ਹੀ ਜਿਹੜੀ ਹੈ ਇਹ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ, ਅਤੇ ਇਹਦਾ ਮਤਲਬ ਕਾਰਵਾਈ ਜਿਹੜੀ ਪ੍ਰਸ਼ਾਸਨ ਦੀ ਬਹੁਤ ਢਿੱਲੀ ਹੈ, ਅਤੇ ਇਹ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ। ਅਸੀਂ ਪ੍ਰਸ਼ਾਸਨ ਦਾ ਵੀ, ਮਿਲਟਰੀ ਦਾ ਸਹਿਯੋਗ ਜਿਹੜਾ ਉਹ ਵੀ ਲੈ ਰਹੇ ਹਾਂ, ਉਹ ਵੀ ਲੈਣ ਦਾ ਅਸੀਂ ਯਤਨ ਕਰ ਰਹੇ ਹਾਂ, ਉਹਨਾਂ ਦੀ ਯੂਨਿਟ ਵਿੱਚ ਦੱਸਿਆ ਸਭ ਕੁਝ ਅਸੀਂ, ਉਹ ਵੀ ਕਰ ਰਹੇ ਨੇ, ਅਤੇ ਪ੍ਰਸ਼ਾਸਨ ਜਿਹੜਾ ਜਲਦੀ ਤੋਂ ਜਲਦੀ ਇਹ ਸਮਾਨ ਜਿਹੜਾ ਬਰਾਮਦ ਕਰਕੇ ਘਰ ਵਾਲਿਆਂ ਦੇ ਹਵਾਲੇ ਜਿਹੜਾ ਉਹ ਕਰੇ, ਸਭ ਕੁਝ ਇਹਨਾਂ ਨੂੰ ਪਤਾ। ਠੀਕ ਹੈ। ਇਹ ਸਾਡਾ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਮੋਲੋਵਾਲੀ ਤੋਂ ਸ਼ਹੀਦ ਸੁਖਪ੍ਰੀਤ ਸਿੰਘ, ਸਨ ਆਫ ਸੰਤੋਖ ਸਿੰਘ, ਪਿੰਡ ਮੋਲੋਵਾਲੀ ਤੋਂ ਕਿ ਸਾਡਾ ਫੌਜੀ ਵੀਰ ਸ਼ਹੀਦ ਹੋ ਗਿਆ ਸੀ ਪਿਛਲੇ ਦਿਨੀ, ਅਤੇ ਉਹਨਾਂ ਦੇ ਖੰਡ ਪਾਠ ਦੇ ਜਿਹੜੀ ਅੰਤਿਮ ਅਰਦਾਸ ਆ ਭੋਗ ਵਾਲੇ ਦਿਨ ਆਪਣੇ ਪਿੰਡ ਤੋਂ 2 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਨੇ ਉਹ ਅੰਤਿਮ ਰਸਮਾਂ ਕਰਨ, ਅਤੇ ਉਦੋਂ ਪਿੱਛੋਂ ਪਿੰਡ ਦੇ ਹੀ ਇੱਕ ਲਾਗਦੇ ਪਿੰਡ ਦੇ ਨੂੰ ਨਾਲ ਲੈ ਕੇ ਨੌਜਵਾਨ ਜਿਹੜਾ ਉਹਨਾਂ ਦੇ ਘਰ ਚੋਰੀ ਕਰ ਲੈਂਦਾ, ਚੋਰੀ ਦੇ ਜਿਸ ਦੇ ਵਿੱਚ ਉਹਨਾਂ ਦਾ ਸੋਨੇ ਦਾ ਸਮਾਨ, 9 ਕੁ ਤੋਲੇ ਸੋਨਾ, ਕੁਛ ਨਕਦੀ ਲੈ ਕੇ ਤੋੜ ਕੇ ਅਤੇ ਉਹ ਲੈ ਜਾਂਦੇ ਨੇ।
ਪਤਾ ਲੱਗਣ ਤੇ ਜਦੋਂ ਪਿੰਡ ਦੇ ਆਗੂ ਟੀਮ ਸਾਡੀ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਉਹ ਮੰਨਦੇ ਨੇ ਕਿ ਅਸੀਂ ਸੋਨਾ ਚੋਰੀ ਕੀਤਾ ਹੈ। ਅਸੀਂ ਜਿਹੜਾ 2-3 ਜਗ੍ਹਾ ਰੱਖਿਆ ਹੋਇਆ ਉਹ ਦੋਸ਼ੀਆਂ ਦੇ ਨਾਮ ਹੀ ਲੈਂਦੇ ਨੇ ਤੇ ਪਿੰਡ ਵਾਲੇ ਉਹਨਾਂ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਨ ਤੋਂ ਬਾਅਦ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਸੋਨਾ ਵੀ ਬਰਾਮਦ ਨਹੀਂ ਕੀਤਾ ਗਿਆ ਉਹਨਾਂ ਚੋਰਾਂ ਦੇ ਕੋਲੋਂ ਤੇ ਜਿਹੜੇ ਦੋਸ਼ੀਆਂ ਦੇ ਉਹ ਨਾਂ ਲੈਂਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਉਹ ਸੋਨਾ ਦਿੱਤਾ ਵੇਚਿਆ ਜਾਂ ਜਿਨ੍ਹਾਂ ਦੇ ਕੋਲ ਰੱਖਿਆ ਉਹਨਾਂ 'ਤੇ ਵੀ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਅਤੇ ਸੋਨੇ ਦੀ ਰਿਕਵਰੀ ਵੀ ਅਜੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਕਰਵਾ ਰਿਹਾ। ਵਾਰ ਵਾਰ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਮਿਲਣ 'ਤੇ ਟਾਲ ਮਟੋਲੇ ਵਾਲੀ ਜਿਹੜੀ ਨੀਤੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਅਤੇ ਜਿਸ ਦੇ ਰੋਸ ਵਜੋਂ ਅੱਜ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਕਿਸਾਨ ਵੀਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋ ਸਾਥੀ ਨੇ ਅੱਜ ਧਰਨਾ ਲਗਾ ਕੇ ਬੈਠੇ ਨੇ। ਜੇ ਪੁਲਿਸ ਕੋਲ ਠੋਸ ਕਾਰਵਾਈ ਨਹੀਂ ਕਰਦੀ ਤਾਂ ਤੁਹਾਡੀ ਅਗਲੀ ਜਿਹੜੀ ਰਣਨੀਤੀ ਕੀ ਰਹੇਗੀ? ਸਾਡੀ ਅਗਲੀ ਰਣਨੀਤੀ, ਸਾਡਾ ਸੰਘਰਸ਼ ਚੱਲ ਰਿਹਾ ਜਦੋਂ ਤੱਕ ਉਹ ਸੋਨੇ ਦੀ ਬਰਾਮਦੀ ਨਹੀਂ ਹੋ ਜਾਂਦੀ। ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਸੋਨਾ ਰਿਕਵਰ ਨਹੀਂ ਕੀਤਾ ਜਾਂਦਾ। ਰੋਸ ਪ੍ਰਦਰਸ਼ਨ ਚੱਲ ਰਿਹਾ, ਇਸ ਦੀ ਅਗਲੀ ਜਿਹੜੀ ਰਣਨੀਤੀ ਅਸੀਂ ਆਪਣੇ ਸਾਥੀਆਂ ਨਾਲ ਰਾਏ ਕਰਕੇ ਇਸ ਨੂੰ ਚੱਲਦਾ ਰੱਖਾਂਗੇ ਜਾਂ ਪੋਸਟਪੋਨ ਕਰਾਂਗੇ, ਉਹ ਆਪਣੀ ਅਸੀਂ ਜ਼ਿਲ੍ਹਾ ਕਮੇਟੀ ਨਾਲ ਸਲਾਹ ਕਰਕੇ ਸਾਰੀ ਇਸ ਦੀ ਧਰਨੇ ਦੀ ਅਗਲੀ ਰਣਨੀਤੀ ਬਣਾਵਾਂਗੇ।